ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਮੁਕਤ ਸਰਚ ਵੱਡਾ ਹਾਸਾ ਸਵਾਰਿਆਂ ਨਾਲ ਬਰੀ ਬਸ ਨਾਇ ਚ ਡਿੱਗੀ 8 ਲੋਕਾਂ ਦੀ ਮੌਤ ਤੇ 35 ਨੂੰ ਬਚਾਇਆ ਗਿਆ ਰੁੱਣਨ ਵਾਲਿਆਂ ਦੀ ਭਾਲ ਜਾਰੀ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮੁਕਸਰ ਕੋਟਕਪੁਰਾ ਰੋਡ ਦੇ ਪਿੰਡ ਚਬੇਲਵਾਲੀ ਨੇੜੇ ਲੰਘਦੀਆਂ ਜੁੜਵਾ ਨਹਿਰਾਂ 'ਚ ਸਰਹੰਦ ਕੇ ਨਾਲਚ 45 ਸਵਾਰਿਆਂ ਨਾਲ ਭਰੀ ਨਿਊਦੀਪ ਕੰਪਨੀ ਦੀ ਬੱਸ ਡਿੱਗ ਗਈ ਜਿਸ 48 ਲੋਕਾਂ ਦੀ ਮੌਤ ਹੋ ਗਈ ਜਦਕਿ 10 ਜਣੇ ਜ਼ਖਮੀ ਹੋ ਗਏ ਤੇ 35 ਸਵਾਰਿਆਂ ਨੂੰ ਬਚਾ ਲਿਆ ਗਿਆ ਬਾਕੀਆਂ ਦੇ ਨਹਿਰ 'ਚ ਰੁੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਕੈਬਨਿਟ ਮੰਤਰੀ ਗੁਰਦੀਪ ਸਿੰਘ ਖੁੱਡੀਆਂ ਦੇ ਵਿਧਾਇਕਾ ਕਾ ਬਰਾਡ ਨੇ ਵੀ ਮੌਕੇ ਤੇ ਪੁਝੇ ਘਟਨਾ ਦਾ ਜਾਇਜ਼ਾ ਲਿਆ ਬਾਸ ਨੂੰ ਬਾਹਰ ਕੱਢਣ ਦੇ ਯਤਨ ਦੇ ਲਈ ਹਨ ਐਸਐਸਪੀ ਹਰਮਨबीर ਸਿੰਘ ਗਿੱਲ ਨੇ 8 ਮੋਤਾਂ ਦੀ ਪੁਸ਼ਟੀ ਕੀਤੀ ਔਰ ਆ ਦੱਸਿਆ ਹੈ ਕਿ ਬਾਸ ਚ ਕੁਲ 45 ਵਾਰਿਆ ਸਨ ਜਿੰਨਾਂ ਚ 35 ਨੂੰ ਬਚਾ ਲਿਆ ਗਿਆ ਹੈ ਜਿਹੜੇ ਰੁੜ ਗਏ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ